ਪਰ ਹੁਣ ਤੇ ਕਦੇ ਕਦੇ ਦੇਖਦਾ। ਕਹਿੰਦੇ ਕਾਕੇ ਨੇ ਬਾਹਰ ਟਰਾਲਾ ਲੈ ਲਿਆ, ਪੱਕਾ ਹੀ ਡਰਾਈਵਰ ਬਣਾ ਦਿੱਤਾ। ਆਖੋ ਸਤਨਾਮ ਵਾਹਿਗੁਰੂ। ਕਾਕੇ ਨੇ ਟੈਕਸੀ ਲੈ ਲਈ ਉੱਥੇ, ਕਾਕਾ ਜੀ ਡਰਾਈਵਰ ਬਣ ਗਿਆ। ਕਾਕਾ ਜੀ ਰੈਸਟੋਰੈਂਟ ਤੇ ਭਾਂਡੇ ਮਾਂਜਦੇ ਨੇ। ਕਦੇ ਸੰਨ 58 ਤੋਂ ਪਹਿਲਾਂ, 60 ਤੋਂ ਪਹਿਲਾਂ ਜੇ ਕੋਈ ਪੁੱਛਦਾ ਸੀ ਕਰਨਾਲ ਦਾ DC ਕੌਣ ਆ, ਕਹਿੰਦੇ ਸਰਦਾਰ ਮਹਿੰਦਰ ਸਿੰਘ ਨੇ। SSP ਸਾਹਿਬ ਕੌਣ ਨੇ, ਸਰਦਾਰ ਬਖਤਾਵਰ ਸਿੰਘ ਨੇ। ਹੁਣ ਕੌਣ ਪੁੱਛੋ ਲੁਧਿਆਣਾ ਦਾ DC ਕੌਣ, ਗੌਰਵ ਯਾਦਵ ਆ ਬਿਹਾਰ ਤੋਂ। ਮੈਂ ਦੇਖਦਾ ਸੜਕਾਂ ਦੇ ਆਲੇ ਦੁਆਲੇ, ਮੈਂ ਦੁਕਾਨਾਂ ਦੇ ਦੇਖਦਾ, ਸਿੱਖਾਂ ਨੂੰ ਡੰਡੇ ਫੜਾਏ ਤੇ ਖੜਾ ਕੀਤਾ ਹੈ, ਚੌਕੀਦਾਰ ਰੱਖਿਆ ਹੈ। ਸ਼ਰਮ ਆਉਂਦੀ ਹੈ, ਸ਼ਰਮ ਆਉਂਦੀ, ਸ਼ਰਮ ਦੇ। ਆਓ ਤਾਂ ਤੁਹਾਨੂੰ ਦਿਖਾ ਦਿਆਂ ਲੁਧਿਆਣੇ 'ਚ, ਆਓ ਦਿਖਾ ਦਿਆਂ ਤੁਹਾਨੂੰ। ਹਰ ਦੁਕਾਨ ਅੱਗੇ ਇੱਕ ਡੰਡਾ ਫੜਾ ਕੇ ਸਿੱਖਾਂ ਨੂੰ ਬਿਠਾ ਲਿਆ ਹੈ, ਇਹਦੀ ਅਸੀਂ ਸਿਕਿਉਰਿਟੀ ਵਾਲਾ ਰੱਖਿਆ ਹੈ। ਕਦੇ ਸਿੱਖਾਂ ਦੇ 33% ਅਫਸਰ ਹੁੰਦੇ ਸੀ ਜਦੋਂ ਮੈਂ ਸਰਵਿਸ ਕੀਤੀ ਆ। 33% ਡਿਫੈਂਸ ਫੋਰਸਿਸ ਵਿੱਚ ਅਫਸਰ ਹੁੰਦੇ ਸੀ, ਜੱਜ ਹੁੰਦੇ ਸੀ, IAS, IPS, IAS। ਹੁਣ ਕਾਕੇ ਨੂੰ ਪੱਕਾ ਡਰਾਈਵਰ ਹੀ ਬਣਾ ਦਿੱਤਾ। ਹੈਰਾਨੀ ਦੀ ਗੱਲ, ਜਦੋਂ ਅਸੀਂ ਪੜ੍ਹਦੇ ਸੀ ਤੇ ਨਕਲ ਬਹੁਤ ਘੱਟ ਹੁੰਦੀ ਸੀ, ਜੇ ਕੋਈ ਫੜਿਆ ਵੀ ਜਾਂਦਾ ਸੀ ਤੇ ਘਰ ਦੇ ਕਹਿੰਦੇ ਸੀ ਵੀ ਇਹਨੂੰ ਇੱਥੇ ਕਿਸੇ ਟੋਭੇ 'ਚ ਤਲਾਅ 'ਚ ਸੁੱਟ ਦਿਓ, ਸਾਡੀ ਬੇਇੱਜ਼ਤੀ ਕੀਤੀ ਆ। ਹੁਣ ਪੁੱਛੋ ਵਾ ਅੱਧੀ ਕੁ ਦਰਜਨ ਕਿੱਥੇ ਚੱਲੇ ਹੋ, ਚਾਚਾ ਮਾਮਾ ਪਾਪਾ ਤਾਇਆ, ਕਹਿੰਦੇ ਕਾਕੇ ਨੇ ਇਮਤਿਹਾਨ 'ਚ ਬਹਿਣਾ, ਨਕਲ ਕਰਾਉਣ ਚੱਲੇ ਹਾਂ। ਆਖੋ ਸਤਨਾਮ ਵਾਹਿਗੁਰੂ। ਨਕਲ ਕਰਾਉਣ ਚੱਲੇ ਹੋਏ ਅੱਧੀ ਦਰਜਨ ਘਰ ਦੇ ਰਿਸ਼ਤੇਦਾਰ, ਉਹ ਜਿੱਥੇ ਕੰਪੀਟੀਸ਼ਨ ਹੋਣਾ ਉੱਥੇ ਦਾ ਬੁੜਾ ਜਾ ਕੇ ਬੈਠੂ। ਆਖੋ ਸਤਨਾਮ ਵਾਹਿਗੁਰੂ। ਦੇਖ ਸਹੀ ਤੇਰਾ ਹਾਲ ਕੀ ਹੋ ਗਿਆ, ਬਾਰਡਰ ਤੇ ਤੁਸੀਂ ਬੈਠੇ ਹੋ, ਰੱਬ ਨਾ ਕਰੇ ਮੈਂ 3 ਲੜਾਈਆਂ ਲੜੀਆਂ, 62, 65 ਤੇ 71, ਔਰ ਸਿੱਖਾਂ ਦੇ ਸਿਰ ਤੇ ਹਿੰਦੁਸਤਾਨ ਜਿੱਤਿਆ। ਮੈਂ ਅੱਜ ਬੈਠੇ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਔਰ ਸਿੱਖ ਜਨਰਲ ਅਰੋੜਾ ਨੇ, ਜਗਜੀਤ ਸਿੰਘ ਅਰੋੜਾ ਨੇ 98,000 ਪਾਕਿਸਤਾਨੀ ਦੇ ਹੱਥ ਖੜੇ ਕਰਵਾ ਦਿੱਤੇ ਤੇ ਫੜ ਕੇ ਲੈਂਦੇ ਜੇਲ੍ਹਾਂ 'ਚ ਦੇ ਦਿੱਤੇ। ਇੱਥੇ ਹੁਣ ਇੱਕੋ ਹੀ ਇੱਕ ਹੈਗਾ, ਉਹ 12 ਵਜੇ ਉੱਠਦਾ ਤੇ ਜੇ ਉਹ ਕਹਿੰਦਾ ਰੋਟੀ ਖਾਧੀ ਕਿ ਨਹੀਂ, ਤੇ ਉਹ ਪੁੱਛਦਾ ਰੋਟੀ ਖਾਧੀ ਕਿ ਨਹੀਂ, ਮੈਂ ਉਠਾ ਲਾ, ਨਾ 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 ਨਾ, ਜਦੋਂ ਕਾਕਾ ਉੱਠੂ ਆਪੇ ਹੀ ਖਾ ਲਊ। ਆਖੋ ਸਤਨਾਮ ਵਾਹਿਗੁਰੂ। ਇਹੋ ਜਿਹਾ ਸੰਸਾਰ ਸੀ, ਖਾਲਸੇ ਨੂੰ ਤੇ ਅੰਮ੍ਰਿਤ ਵੇਲੇ ਜਾਗਣ ਲਈ ਕਿਹਾ ਹੋਇਆ ਪਾਤਸ਼ਾਹ ਨੇ, ਨਿਤਨੇਮ ਲਈ ਕਿਹਾ ਹੋਇਆ, ਨਿਤਨੇਮ ਤੋਂ ਬਾਅਦ ਕਿਰਤ ਲਈ ਜਾਣ ਲਈ ਕਿਹਾ ਹੋਇਆ। ਇਹ ਕਿਹੜੀ ਵਰਾਇਟੀ ਹੈ ਖਾਲਸਿਆਂ ਦੀ ਜਿਹੜੀ ਅੱਜ ਆ ਗਈ। ਆਖੋ ਸਤਨਾਮ ਵਾਹਿਗੁਰੂ। ਫਿਰ ਪੱਲੇ ਕੱਖ ਨਹੀਂ, ਫਿਰ ਹੰਕਾਰੇ ਫਿਰਦੇ ਆ, ਵੱਡੀ ਪ੍ਰੋਬਲਮ, ਪੱਲੇ ਕੱਖ ਵੀ ਨਹੀਂ, ਹੰਕਾਰੇ ਫਿਰਦੇ ਆ। ਦੁਨੀਆਂ ਦਾ ਹਾਲ ਤੇ ਦੇਖੋ, ਕੌਮਾਂ ਉਹ ਰਾਜ ਕਰਦੀਆਂ ਹੁੰਦੀਆਂ ਜਿਹਨਾਂ ਕੋਲ ਕਰੀਮ ਹੋਵੇ ਪੜ੍ਹਿਆ ਲਿਖਿਆ ਦੀ। ਆ ਫਿਰ ਸੁਣਨਾ ਜ਼ਰਾ, ਰਾਜ ਉਹਨਾਂ ਦਾ ਹੁੰਦਾ ਜਿਹਨਾਂ ਦੇ ਅਫਸਰ ਹੋਣ, ਲਾ ਉਹ ਅਪਲਾਈ ਕਰਦੇ ਹੁੰਦੇ ਆ, ਕਾਨੂੰਨ ਉਹ ਅਪਲਾਈ ਕਰਦੇ ਹੁੰਦੇ ਆ। ਤੁਹਾਡੇ ਕੋਲ ਦੱਸੋਗੇ ਕੀ ਆ, ਦੱਸੋ ਤੇ ਸਹੀ। ਮੈਂ ਤੁਹਾਡੇ ਕੋਲ ਰੋਜ਼ ਬੇਨਤੀਆਂ ਹਰ ਸਾਲ ਕਰਨ ਆਉਣਾ ਤੇ ਹੁਣੇ ਹੀ ਸਮਝ ਜਾਓ, ਹੁਣੇ ਹੀ ਕੁਛ ਸੋਚ ਲਓ, ਅਜੇ ਵੀ ਬਚ ਸਕਦੇ ਆ ਪੰਜਾਬ। ਹੈਰਾਨੀ ਨਹੀਂ ਫਿਰ, ਤੁਸੀਂ ਸਿਰਫ ਪੰਜਾਬ 'ਚ 53% ਰਹਿ ਗਏ ਤੇ 47% ਦੂਜੇ ਹੋ ਗਏ, 5% ਦਾ ਫਰਕ ਆ। ਜਿਸ ਦਿਨ 2.5% ਇਹਨੂੰ ਹੋ ਗਿਆ, ਤੁਸੀਂ ਦੇਖੋਗੇ ਤਮਾਸ਼ਾ ਇੱਥੇ। ਆਖੋ ਸਤਨਾਮ ਵਾਹਿਗੁਰੂ। ਦੇਖੋਗੇ ਤੁਸੀਂ